पावन पवित्र उपदेश बख्शिश कर रहे हैं। चल रही लड़ीवार कथा दे विच 764 अंग दे उत्ते छंतां दे विच महाराज बख्शिश करदे। दूसरा छंत है राग सूही महला पहला छंत कर दूजा। सूही राग दे पहले पातशाह महाराज छंत जस रूप बाणी उचारदे हन। कर दूजा दूसरे कर सुरतार च गाउण दा हुक्म आप जी ने किया है रागी सिंघां लई। एक ओंकार सतगुर प्रसाद, सतगुरु जी की कृपा द्वारा ही ओंकार जो एक एक है वो सोझी पैंदी जीव नू, ज्ञान हुंदा, मिलाप हुंदा। सतगुरु महाराज जी संतां दा पावन बचन फरमाउंदे हन, आम कर साजन आए साचै मेल मिलाए। सो इस प्रकार फरमाउंदे हन कि साजन जो महात्मा है वो साडे घर दे विच आए ਤਾਂ ਸੱਚੇ ਨਾਮ ਦੇ ਮੇਲ ਨਾਲ ਮਿਲਾਇਆ, ਜਾਂ ਸੱਚੇ ਨਾਮ ਦੇ ਮੇਲ ਵਿੱਚ ਮਿਲਾਇਆ ਤਾਂ ਸਾਡੇ ਘਰ ਵਿੱਚ ਸਾਜਨ ਹੁੰਦਾ, ਸ਼ੁਭ ਗੁਣ ਆਏ ਨੇ। ਸੋ ਇਸ ਕਰਕੇ ਸ਼ੁਭ ਗੁਣ ਸੱਚੇ ਦੇ ਮੇਲ ਨਾਲ ਮਿਲਾਉਣ ਵਾਲੇ ਹਨ, ਇਸ ਕਰਕੇ ਫਿਰ ਸਾਡੇ ਘਰ ਵਿੱਚ ਸਾਜਨ ਪਰਮਾਤਮਾ ਆਇਆ, ਜਿਸ ਸੱਚੇ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੇ ਮੇਲ ਵਿੱਚ ਜਗਤ ਨੂੰ ਮਿਲਾਇਆ। ਤਾਂ ਫਿਰ ਇਉਂ ਨਿਸ਼ਚੇ ਕੀਤਾ ਅਸੀਂ ਕਿ ਹਮ ਉਹ ਭਾਵ ਹੁੰਦਾ ਸੀ ਸਾਰੇ ਤਮਾਮ ਜੋ ਜੀਵ ਹਾਂ, ਤਮਾਮ ਦੇ ਘਰ ਵਿੱਚ ਸੱਜਣ ਪਰਮਾਤਮਾ ਆ ਰਿਹਾ। ਸਾਡੇ ਘਰ ਵਿੱਚ ਸੱਜਣ ਮਹਾਤਮਾ ਆਏ ਨੇ ਜੋ ਸੱਚੇ ਦੇ ਮੇਲ ਨਾਲ ਮਿਲਾਉਣ ਵਾਲੇ ਹਨ, ਅਤੇ ਸੱਚੇ ਨੇ ਸੱਜਣਾਂ ਨਾਲ ਮਿਲਾਇਆ ਹੈ। ਸੱਜਣ ਮਹਾਤਮਾ ਨੇ ਉਹਨਾਂ ਨੇ ਸਾਨੂੰ ਸਤਿਗੁਰਾਂ ਨਾਲ ਮਿਲਾਇਆ, ਸਤਿਗੁਰ ਸੱਜਣ ਮਿਲਿਆ। ਜਦੋਂ ਸਤਿਗੁਰ ਸੱਜਣ ਮਿਲਿਆ ਤਾਂ ਉਹਨਾਂ ਨੇ ਸਾਨੂੰ ਅਕਾਲ ਪੁਰਖ ਨਾਲ ਮਿਲਾਇਆ। ਇਸ ਤਰ੍ਹਾਂ ਉਹ ਸੱਜਣ ਸੱਚਾ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ ਕਿ ਅਕਾਲ ਪੁਰਖ ਦੇ ਨਾਲ ਸਾਡਾ ਮਿਲਾਪ ਹੋਇਆ। ਸਹਿਜ ਮਿਲਾਏ ਹਰ ਮਨ ਭਾਏ, ਪੰਜ ਮਿਲੇ ਸੁੱਖ ਪਾਇਆ ਹਰ ਮਨ ਭਾਏ। ਸੋ ਸ਼੍ਰੋਮਣੀ ਹਰੀ ਨੂੰ ਭਾਏ ਅਤੇ ਪੰਜ ਮਿਲੇ, ਸ੍ਰੇਸ਼ਟ ਮਹਾਤਮਾ ਨਾਲ ਮਿਲੇ ਹੈ ਤਾਂ ਉਹਨਾਂ ਨੇ ਸਹਿਜ ਮਿਲਾਏ। ਸਹਿਜ ਹੁੰਦਾ ਗਿਆਨ, ਫਿਰ ਉਹਨਾਂ ਨੇ ਗਿਆਨ ਦੇ ਨਾਲ ਮਿਲਾਇਆ, ਜਾਂ ਗਿਆਨ ਦੇ ਨਾਲ ਮਿਲਾਇਆ ਤਾਂ ਫਿਰ ਆਤਮਕ ਸੁੱਖ ਨੂੰ ਪ੍ਰਾਪਤ ਕਰ ਲਿਆ, ਮਿਲੇ। ਸੋ ਇਸ ਤਰ੍ਹਾਂ ਸੁੱਖ ਪਾਇਆ। ਜਦੋਂ ਸ੍ਰੇਸ਼ਟ ਪੰਚ ਜਨ ਮਿਲੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਫਿਰ ਸਤਿਗੁਰੂ ਦੀ ਜੀਵ ਦੇ ਉੱਤੇ ਬਖਸ਼ਿਸ਼ ਹੋਈ ਹੈ। ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਜਿਸ ਵਸਤੂ ਦੇ ਨਾਲ ਮਨ ਨੂੰ ਲਗਾਇਆ ਸੀ ਉਹ ਆਤਮਕ ਵਸਤੂ ਅੰਦਰ ਸੀ ਸਾਡੇ, ਉਹਦੇ ਨਾਲ ਮਨ ਲਾਇਆ। ਆਤਮਾ ਹੀ ਪਰਮਾਤਮਾ ਹੈ, ਜਦੋਂ ਆਤਮਾ ਨਾਲ ਮਨ ਨੂੰ ਜੋੜਿਆ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਹਿਲਾਂ ਆਤਮਕ ਦਰਸ਼ਨ ਹੋ ਗਏ ਆਪਣੇ, ਫਿਰ ਛਿਲਕੇ ਵਾਂਗੂ ਇਹ ਉੱਪਰਲੇ ਸਰੀਰ ਦਾ ਖਲੜਾ ਲੈ ਗਿਆ, ਦੇਹ ਅਧਿਆਸ ਛੱਡ ਦਿੱਤਾ। ਫਿਰ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਸਾਡੀ ਜੋਤ ਲੀਨ ਹੋ ਗਈ। ਅੰਨ ਦਿਨ ਮੇਲ ਪਿਆ ਮਨ ਮਾਨਿਆ, ਘਰ ਮੰਦਰ ਸੋਹਾਏ। ਮੰਦਰ ਭਾਵ ਅੰਦਰੋਂ ਸ਼ੋਭਨੀ ਘਰ ਜੋ ਸਤਸੰਗਤ ਹੈ। ਜਦੋਂ ਸਤਸੰਗਤ ਦੇ ਨਾਲ ਰਾਤ ਦਿਨ ਮਿਲਾਪ ਹੋਇਆ ਅਤੇ ਸਤਿਗੁਰਾਂ ਦੇ ਮਾਨੋ ਮਾਨਿਆ, ਮੰਤਰ ਨੂੰ ਮੰਨਿਆ, ਤਾਂ ਅੰਦਰੋਂ ਘਰ ਜਿਹੜਾ ਹੁੰਦਾ ਆਪਣਾ ਅੰਤਹਿਕਰਨ ਸ਼ੋਭਨੀਕ ਹੋ ਗਿਆ। ਜਦੋਂ ਸਾਡਾ ਹਿਰਦਾ ਅੰਤਹਿਕਰਨ ਅੰਦਰੋਂ ਸ਼ੋਭਨੀਕ ਹੋਇਆ ਤਾਂ ਅਵਿਦਿਆ ਰੂਪੀ ਜਿਹੜੀ ਸੀ ਅੰਨ ਹੁੰਦੀ ਰਾਤ, ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਗਿਆ, ਜਾਂ ਗਿਆਨ ਦਿਨ ਚੜ੍ਹਿਆ ਤਾਂ ਪਰਮੇਸ਼ੁਰ ਨਾਲ ਫਿਰ ਸਾਡਾ ਮੇਲ ਹੋ ਗਿਆ, ਜਾਂ ਮੇਲ ਹੋਇਆ ਤਾਂ ਉਹਦੇ ਉੱਤੇ ਸਾਡਾ ਮਨ ਮੰਨ ਗਿਆ, ਅਤੇ ਸਭ ਘਰਾਂ ਦੇ ਅੰਦਰ ਉਹ ਸ਼ੋਭਨੀਕ ਪਰਮੇਸ਼ੁਰ ਨੂੰ ਜਾਣ ਲਿਆ। ਹਰੇਕ ਹਿਰਦੇ 'ਚ ਹੈ, ਜੇ ਮੇਰੇ ਅੰਦਰ ਹੈ ਤਾਂ ਸਾਰਿਆਂ ਦੇ ਅੰਦਰ ਹੀ ਹੈ। ਕੋਈ ਮਿਹਨਤ ਕਰਕੇ ਮਿਲ ਲੈਂਦਾ, ਕੋਈ ਨਹੀਂ ਮਿਲਦਾ। ਰਾਤ ਜਿਵੇਂ ਸਤਸੰਗ ਨਾਲ ਮੇਲ ਹੋਇਆ ਅਤੇ ਗੁਰਾਂ ਦੇ ਮੰਤਰ ਨੂੰ ਮੰਨਿਆ ਤਾਂ ਪ੍ਰਤੱਖ ਜਿਹੜੇ ਘਰ ਕੱਚੇ ਅਤੇ ਮੰਦਰ ਪੱਕੇ ਸ਼ੋਭਨੀਕ ਹੋਏ ਨੇ। ਪੰਜ ਸ਼ਬਦ ਧੁਨ ਅਨਹਦ ਵਾਜੇ, ਹਮ ਕਰ ਸਾਜਨ ਆਏ। ਜਿਸ ਵੇਲੇ ਅਸੀਂ ਸਾਜਨ ਹੁੰਦਾ ਮਹਾਤਮਾ ਦੇ ਘਰ ਵਿੱਚ ਆਏ ਤਾਂ ਪੰਜ ਹੁੰਦਾ ਸ੍ਰੇਸ਼ਟ, ਸਤਨਾਮ ਵਾਹਿਗੁਰੂ ਦੇ ਸ਼ਬਦ ਧੁਨ। ਇਹ ਸ਼ਬਦ ਦੀ ਧੁਨੀ ਉਚਾਰਨੇ ਰੂਪੀ ਜਿਹੜਾ ਅਨਹਦ ਹੁੰਦਾ, ਹੱਦ ਤੋਂ ਰਹਿਤ ਇੱਕ ਰਸ ਵਾਜੇ ਵੱਜੇ ਅੰਦਰ, ਤਾਂ ਫਿਰ ਸਾਡੇ ਅੰਤਹਿਕਰਨ ਰੂਪੀ ਘਰ ਵਿੱਚ ਸਾਜਨ ਹੁੰਦਾ, ਸ਼ੁਭ ਗੁਣ ਆ ਗਏ। ਜਦੋਂ ਸ਼ੁਭ ਗੁਣ ਆਏ ਤਾਂ ਫਿਰ ਉਸ ਵਕਤ ਸੁੱਧੋ ਹੰਗ, ਬੁੱਧੋ ਹੰਗ, ਨਿਰਵਿਕਾਰੋ ਹੰਗ ਰੂਪ, ਇਹ ਪੰਜ ਸ਼ਬਦਾਂ ਦੀ
धुनी एक रस बज आई या शब्दों की धुनी बजी तो साडे घर विच परमात्मा जी प्रगट हो गए। साजन आवहो मीत प्यारे मंगल गावहो नारे। ए प्यारे मित्रो आओ, ए प्यारे अकाल पुरख दे मित्रो आओ। महात्मा रूप नारे हुंदियां नारियां नाल मिलके परमेश्वर दे मंगलां नूं गाओ। सो मंगलां दा नारे हुंदा जिवें पाणी दा नाला वगदा हुंदा प्रवाह, मंगलां दा प्रवाह जो परमेश्वर आ उहदे जस नूं गाओ। जदों गाओगे तां फिर महाराज दी कृपा हो जे ऐसी कि नारे नारे नहीं होना। अरे रे दरगह कहे ना कहू, ना अड़े ना अड़े, कोई अड़ेगा नहीं अग्नियों, फिर कृपा हो जाएगी। सच मंगल गावहो तां प्रभ भावहो सोहिलड़ा जुग चारे। सच स्वरूप परमेश्वर दे मंगल नूं गावो तां परमेश्वर नूं पा जाओगे, तां ही चारे युगां विच सोहिलड़ा आनंद होवेगा। सोहिलड़े दा मतलब आनंद। अपने घर आया थान सुहाया कारज शब्द सवारे। सुहाया थान जो अपना घर सत्संग है उस विच जो आया तां गुरु उपदेश द्वारा मुक्ति रूपी कारज जिहड़ा है उह काम नूं सवारना कीता है। सो इस तरह एक चक्कर का हुंदा है, जिवें आपां थ्रू प्रॉपर चैनल कहने किवें किवें चलिया ये काम सारा। कहने सुहाया थान जो अपना घर सत्संग है उस विच जद आया तां गुरु उपदेश दे ग्रहण करने रूप कारज नूं सवारना कीता, जां गुरु उपदेश रूपी कारज नूं सवारिया तां थान सुहाया। ਉਹ ਜਿਹੜਾ ਥਾਂ ਸੀ ਜੋ ਆਪਣਾ ਘਰ ਅੰਤਰਮੁਖਤਾ ਸੀ ਹੈ ਫਿਰਦਾ ਉਸ ਵਿੱਚ ਆਇਆ, ਅੰਤਰਮੁਖਤਾ ਕਰਨੇ ਰੂਪ ਅੰਦਰ ਨੂੰ ਆ ਗਿਆ। ਤਾਂ ਇਹ ਨਿਸ਼ਚੇ ਕੀਤਾ ਬਈ ਮਨ ਨੇ ਇਹ ਸ਼ਬਦ ਜੋ ਬ੍ਰਹਮ ਨੇ ਹੀ ਸਾਰੇ ਕਾਰ ਸਵਾਰੇ ਨੇ। ਹੁਣ ਜਾਂ ਇਹ ਨਿਸ਼ਚੇ ਕੀਤਾ ਤਾਂ ਸੁਹਾਇਆ ਥਾਨ ਜੋ ਆਪਣਾ ਘਰ ਸਰੂਪ ਹੈ ਉਸ ਵਿੱਚ ਆਇਆ ਤਾਂ ਬ੍ਰਹਮ ਦੀ ਪ੍ਰਾਪਤੀ ਰੂਪ ਕਾਰਜ ਨੂੰ ਸਵਾਰਿਆ। ਕਹਿਣ ਤੋਂ ਭਾਵ ਕਿ ਆਪਣੇ ਸਰੂਪ ਨੂੰ ਬ੍ਰਹਮ ਰੂਪ ਹੀ ਨਿਸ਼ਚੇ ਕੀਤਾ। ਤਾਂ ਸੁਹਾਇਆ ਥਾਨ ਜੋ ਆਪਣਾ ਘਰ ਸੰਸਾਰ ਹੈ ਉਸ ਵਿੱਚ ਪਰਮੇਸ਼ਰ ਨੂੰ ਆਇਆ ਨਿਸ਼ਚੇ ਕੀਤਾ। ਫਿਰ ਸ਼ਬਦ ਦੁਆਰਾ ਹੋਰਨਾਂ ਦੇ ਕਾਰਜ ਹੁੰਦਾ ਕੰਮਾਂ ਨੂੰ ਸਵਾਰਨਾ ਕੀਤਾ। ਇਸ ਤਰ੍ਹਾਂ ਇਹ ਸਾਰਾ ਚੱਕਰ ਬਣਦਾ। ਗਿਆਨ ਮਹਾਰਸ ਨੇਤਰੀ ਅੰਜਨ ਤੇ ਪਵਨ ਰੂਪ ਦਿਖਾਇਆ। ਮਹਾਰਾਜ ਜੀ ਫਰਮਾਉਂਦੇ ਹਨ ਬਖਸ਼ਿਸ਼ ਕਰਕੇ, ਮਹਾਰਸ ਜਿਹੜਾ ਆਨੰਦਦਾਇਕ ਜੋ ਗਿਆਨ ਹੈ ਇਹੀ ਅੰਜਨ ਹੁੰਦਾ ਸੁਰਮਾ ਹੈ। ਸੁਰਮਾ ਗੁਰਾਂ ਨੇ ਬੁੱਧੀ ਰੂਪ ਅੱਖਾਂ 'ਚ ਪਾਇਆ ਤਾਂ ਫਿਰ ਤਿੰਨਾਂ ਭਵਨਾਂ ਨੂੰ ਅਸੀਂ ਮਿੱਥਿਆ ਰੂਪ ਜਾਣਿਆ ਅਤੇ ਬ੍ਰਹਮ ਰੂਪ ਦੇਖ ਲਿਆ। ਹੁਣ ਆਪਾਂ ਦੇਖਦੇ ਹਾਂ ਇਹਨੂੰ ਜਿਹੜਾ ਇਹ ਆਪਾਂ ਸੰਸਾਰ ਦੇਖਦੇ ਹਾਂ। ਜਦੋਂ ਅੱਖਾਂ ਖੁੱਲ੍ਹ ਜਾਂਦੀਆਂ ਬ੍ਰਹਮ ਰੂਪ ਦਿਖਣ ਲੱਗ ਜਾਂਦਾ, ਸੰਸਾਰ ਇਹਦੇ ਵਿੱਚ ਮਿੱਥਿਆ ਹੋ ਜਾਂਦਾ। ਜਦੋਂ ਦੁਨੀਆਂ ਸਾਹਮਣੇ ਦਿਖਦੀ ਹੈ ਤਾਂ ਬ੍ਰਹਮ ਨੂੰ ਆਪਾਂ ਇਉਂ ਸਮਝਦੇ ਹਾਂ ਜਿਵੇਂ ਹੈ ਹੀ ਨਹੀਂ ਉਹ, ਪਰ ਜਦੋਂ ਬ੍ਰਹਮ ਦਿਖਣ ਲੱਗ ਜਾਂਦਾ ਤਾਂ ਦੁਨੀਆਂ ਐਂ ਲੱਗਦੀ ਜਿਵੇਂ ਹੈ ਹੀ ਨਹੀਂ। ਰਾਤ ਨੂੰ ਤਾਰੇ ਦਿਖਦੇ ਨੇ, ਸੱਚਮੁੱਚ ਦਿਖਦੇ ਨੇ ਤਾਰੇ, ਅੱਖਾਂ ਨਾਲ ਹਨੇਰਾ ਹੁੰਦਾ। ਜਦੋਂ ਸੂਰਜ ਚੜ੍ਹਦਾ ਤਾਰੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ, ਫਿਰ ਨੀਲਾ ਆਕਾਸ਼ ਦਿਖਦਾ, ਪ੍ਰਕਾਸ਼ ਦਿਖਦਾ ਸੂਰਜ ਦਾ। ਹੁਣ ਮਹਾਰਾਜ ਕਹਿੰਦੇ ਜਦੋਂ ਪ੍ਰਕਾਸ਼ ਹੁੰਦਾ ਹਿਰਦੇ 'ਚ ਤਾਂ ਇਹ ਦੁਨੀਆਂ ਜਿਹੜੀ ਹੈ ਤਾਰਿਆਂ ਵਾਂਗੂ ਅਲੋਪ ਹੋ ਜਾਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਨਜ਼ਰ ਆਉਂਦਾ। ਸਖੀ ਮਿਲੋ ਰਸ ਮੰਗਲ ਗਾਵਹੋ ਹਮ ਕਰ ਸਾਜਨ ਆਇਆ। ਇਹ ਸਖੀ ਇਸ ਤਰ੍ਹਾਂ ਨਾਲ ਸਾਡੇ ਘਰ ਵਿੱਚ ਸਾਜਨ ਜੋ ਪਰਮਾਤਮਾ ਆਇਆ ਹੈ ਤੁਸੀਂ ਵੀ ਮਿਲ ਕੇ ਰਸ ਹੁੰਦਾ ਪ੍ਰੇਮ ਪੂਰਵਕ ਜਿਹੜਾ ਮੰਗਲਾਂ ਨੂੰ ਗਾਇਨ ਕਰੋ, ਸ਼ਬਦ ਗਾਇਨ ਕਰੋ ਤੁਸੀਂ ਵੀ। ਮਾਨ ਦਾਨੇ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ। ਜਿਸ ਵੇਲੇ ਹਿਰਦੇ ਅੰਦਰ ਪ੍ਰੇਮ ਅਤੇ ਰਤੰਨਾ ਹੁੰਦਾ ਵਿਰਾਗ ਹੋਇਆ ਤਾਂ ਜਿਹੜਾ ਮਾਨ ਤਨ ਨਾਮ ਅੰਮ੍ਰਿਤ ਦੇ ਵਿੱਚ ਭਿੰਨਾ ਭਿੱਜ ਗਿਆ। ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ। ਮੇਰੇ ਹਿਰਦੇ ਅੰਦਰ ਜਿਹੜਾ ਰਤਨ ਵਿਰਾਗ ਹੈ ਪਦਾਰਥ ਦੇ ਹੋਣ ਕਰਕੇ, ਇਹ ਵਿਰਾਗ ਰੂਪੀ ਪਦਾਰਥ ਦੇ ਹੋਣ ਕਰਕੇ ਪਰਮ ਤੱਤ ਹੁੰਦਾ ਸਿਧਾਂਤ, ਕੌਣ ਪਰਮਾਤਮਾ ਨੂੰ ਵਿਚਾਰਿਆ, ਵਿਚਾਰਨਾ ਕੀਤਾ। ਫਿਰ ਉਹਨੂੰ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨਹਾਰੋ। ਸਾਰੇ ਜੰਤ ਭੇਖੀ ਨੇ, ਇੱਕ ਤੂੰ ਹੀ ਸਹਿਤ ਫਲਾਂ ਦੇ ਦਾਤਾ ਹੈ। ਸਿਰਜ ਸਿਰਜ ਕੇ ਜਾਂ ਸਿਰਬ ਸਿਰ ਜਿੱਥੇ ਕੋਈ ਹੈ ਉੱਥੇ ਹੀ ਉਹਨੂੰ ਰਿਜਕ ਦੇਣ ਵਾਲਾ। ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ। ਇਹ ਗਿਆਨੀ ਤੂੰ ਗਿਆਨੀਆਂ ਨਾਲ ਮਿਲ ਕੇ ਅੰਤਰ ਜਾਮੀ ਪਰਮਾਤਮਾ ਨੂੰ ਜਾਣ,
जे अंतरजामी नूं जाणेगा तां तूं भी ज्ञानी हो जाएगा। सब कारण कारजां नूं उहने आप ही कीता है। हले तां तैनूं है बाहरला ज्ञान। जदों तूं फिर अंतरजामी परमात्मा नूं जाण लेंगा तैनूं भी सारा दिखण लग जाएगा। फिर तूं अंतरीव ज्ञानी हो जाएगा, ब्रह्म ज्ञानी बन जाएगा। सुनो सखी मन मोहन मोहया तन मन अमृत पीना। ये सखियो सुनना करो, जिस वेले मन मोहन परमात्मा ने महात्मा रूपी मोहनी इस्त्रियां दे मन नूं मोहया तां ब्रह्मानंद रूपी अमृत विच तन मन भिज गया। आत्म राम संसारा साचा खेल तुम्हारा। महाराज जी फरमाउंदे हन कि हे सच्चे आत्म राम वाहिगुरू अकाल पुरख वाहिगुरू नूं ये सारा संसार जिहड़ा ना कहिंदे तुम्हारा तुहाडा अपना ही खेल है। महाराज हे आत्म राम परमात्मा ये तुहाडा संसार खेल जिहड़ा है सच्चा है। सच खेल तुम्हारा अगम अपारा तुद बिन कौन बुझाए। ये अगम अपार परमात्मा ये तुहाडा खेल सच्चा है। आप तो बिना इस गल नूं कौन समझा सकदा है। तुसीं ही किसी ते कृपा करो तो समझदा है। सिद्ध साधक सियाणे केते तुझ मेरे कवण कहाए। सिद्ध भी किन्ने ने, साधक साधना दे करन वाले जिग्यासु ते सियाणे भी किन्ने ने, पर तुहाडे बिना कौन कोई कह कहा सकदा, कौन दस सकदा। काल विकाल भए देवाने मन राख्या गुर ठाए। जिन्हां पुरशां दा मन गुरां ने टिकाणे रख्या ना, मन राख्या ठाए एकागर कीता है, उन्हां दे काल विकाल हुंदा, मरना जमना दोवें दीवाने हो गए। दीवाने की झले हो गए, निवृत्ती हो गए। नानक अवगण शब्द जलाए गुण संगम प्रापाए। महाराज कथन करदे ने जिन्हां ने गुरां दे उपदेश द्वारा अवगुणां नूं साड़िया, सो उन्होंने गुणा दे संगम हुंदा संबंध करके वाहिगुरु नूं पाउणा कीता है। राग सूही महला पहला कार तीजा एक ओंकार सतगुर प्रसाद। सूही राग विच पहले पातशाह धन गुरु नानक देव जी कृपा कर रहे हैं, तीसरे घर सुरतार गाउण दा हुक्म करदे हन। एक ओंकार सतगुर प्रसाद बीज मंत्र है अपना। आवो सज्जना ओ देखा दर्शन तेरा राम, कर अपन रह खड़ी तका, मैं मर जाओ कनेरा राम। सो इस प्रकार जो वचन फरमाते हैं, हे सज्जन परमात्मा आप आओ जी, क्योंकि मैं दास ने तेरा दर्शन करना है, देखना करना है दर्शन। अपने शरीर घर दे विच मैं खड़ी हो के समाहत चित हो के एकागर हो के एक टक तेरा राह तक्का तक रही हाँ। हे राम हे परमेश्वर, मेरे मन विच तेरे दर्शन का घना ही उत्साह लग रहा बहुता ज्यादे। मन चाओ कनेरा सुन प्रभ मेरा, मैं तेरा परवासा, दर्शन देख पई नेह केवल, जन्म मरण दुख नासा। मेरे मन विच घना ही उत्साह हो रहा बहुता ज्यादे। हे मेरे वाहिगुरु आप सुनना करो, मैनू तो तेरा ही भरोसा है। आप दे दर्शन नूं देख के मैं नेह केवल शुद्ध होई आ, ते जन्म मरण दा दुख नाश हो गया। पिछे पाठ आपां कीता आवहो सजना, ये पाठ कई बारी औंकड़ नाल आउंदा आवहो, कई बार हाहे होड़ा हुंदा आवहो सजना। इहनूं कहिंदे पाठ अंतर, पाठां दा आपस विच फर्क हुंदा कई थाईं, ये ध्यान रख लेना। सगली जोत जाता तू सोई मिलिया भाए सुभाए, नानक साजन कौ बल जाइए साच मिले कर आए। 765 अंग ते फरमाउंदे आ कि सारियां ज्योतियां विच सो एक तैनू ही जाता जाणिया है, जिन्हां नूं तू मिलिया भाए हुंदा प्रेम करके सुभावक ही मिलिया। महाराज कथन करदे ने साजन जो परमेश्वर है, परमेश्वर तो बलिहार जाइए। सतसंग घर विच आए तां सच नाम दे नाल मिले हैं, सत इह सतसंगत करके कृपा होई है। अंतरमुखता रूपी घर विच आए हैं ਤਾਂ ਜੋ ਸੱਚਾ ਸਾਰੇ ਵਿਆਪਕ ਹੈ ਪਰਮਾਤਮਾ ਮਿਲ ਰਿਹਾ, ਉਹਦੇ ਸਰੂਪ ਘਰ ਵਿੱਚ ਆਏ ਹਾਂ। ਘਰ ਆਇੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ। ਜਿਸ ਵੇਲੇ ਅੰਤਕਰਨ ਰੂਪੀ ਘਰ ਵਿੱਚ ਸਾਜਨਾ ਹੁੰਦੇ ਪਰਮਾਤਮਾ ਆਇੜੇ ਆਏ ਸਾਖਿਆਤ ਕਰ ਹੋਏ, ਤਾਂ ਕਹਿੰਦੇ ਜਗਿਆਸੂ ਰੂਪ ਜਿਹੜੀ ਧਨ ਹੈ ਨਾ ਇਸਤਰੀ ਖਰੀ ਸਰਸੀ, ਬਹੁਤ ਹੀ ਆਨੰਦ ਵਾਲੀ ਹੋਈ।
ਸੋ ਇਸੇ ਪ੍ਰਕਾਰ ਇੱਥੇ ਵੀ ਜਿਵੇਂ ਦੇਖੀਏ ਕਿਵੇਂ ਕਿਵੇਂ ਹੋਇਆ। ਜਿਸ ਵੇਲੇ ਸੱਜਣ ਮਹਾਤਮਾ ਦੇ ਘਰ ਸਤਸੰਗ ਵਿੱਚ ਆਏ, ਸੱਜਣ ਮਹਾਤਮਾ ਮੇਰੇ ਘਰ ਵਿੱਚ ਚੱਲ ਕੇ ਆਏ, ਤਾਂ ਧੰਨ ਜਿਹੜੀ ਜੀਵ ਰੂਪ ਇਸਤਰੀ ਆ ਖਰੀ ਸਰਸੀ ਚੰਗੀ ਸਹਿਤ ਪ੍ਰੇਮ ਦੇ ਹੋਈ। ਸੋ ਜਾਂ ਪ੍ਰੇਮ ਦੇ ਸਹਿਤ ਹੋਈ ਤਾਂ ਘਰ ਵਿੱਚ ਸੱਜਣ ਜਿਹੜੇ ਸ਼ੁਭ ਗੁਣ ਆ ਗਏ, ਜਾਂ ਸ਼ੁਭ ਗੁਣ ਆਏ ਤਾਂ ਜਿਹੜੀ ਧੰਨ ਸੀ ਜੀਵ ਰੂਪ ਇਸਤਰੀ ਖਰੀ ਸਰਸੀ ਬਹੁਤੀ ਜ਼ਿਆਦਾ ਤਾਤਪਰਜ ਦੇ ਸਹਿਤ ਹੋ ਗਈ। ਸੋ ਇਸ ਤਰ੍ਹਾਂ ਜਿਹੜੇ ਸੀਗੇ ਤੇ ਸੱਜਣ ਪਰਮਾਤਮਾ ਘਰ ਵਿੱਚ ਆ ਕੇ ਪ੍ਰਾਪਤ ਹੋਏ ਤਾਂ ਧੰਨ ਜਿਹੜੀ ਖਰੀ ਸਰਸੀ ਫੇਰ ਬਹੁਤੇ ਆਨੰਦ ਵਾਲੀ ਹੋਈ ਆ। ਆਤਪਰਜ ਹੁੰਦਾ ਸਿਧਾਂਤਕ ਬਚਨ ਕਰਨੇ, ਇਸ ਤਰ੍ਹਾਂ ਬਚਨ ਹੈ। ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖਰ ਹੰਸੀ ਰਾਮ। ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਹਨ ਬਚਨ ਕਿ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਮੋਹਿਆ ਤਾਂ ਠਾਕੁਰ ਪਰਮੇਸ਼ਰ ਨੂੰ ਦੇਖ ਕੇ ਰਹੰਸੀ ਆਨੰਦ ਹੋਈਆਂ। ਰਹਿਸ ਅੱਖਰੀ ਇਹ ਉੱਤੇ ਹੁਣ ਮਹਾਰਾਜ ਨੇ ਟਿੱਪੀ ਲਾ ਦਿੱਤੀ, ਰਹਿਸ ਤੋਂ ਰਹੰਸੀ ਹੋ ਗਿਆ। ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤਾ, ਜਾਂ ਸ਼ੁਭ ਗੁਣਾਂ ਦੇ ਨਾਲ ਰਹੰਸੀ ਰਹੀ ਤਾਂ ਖਰੀ ਸਰਸੀ ਅਧਿਕ ਤੁੰਦਾ ਬਹੁਤਾ ਜ਼ਿਆਦਾ ਆਨੰਦ ਦੇ ਸਹਿਤ ਹੋਈ ਆ। ਤਾਂ ਹੀ ਰੰਗ ਰਾਤਾ ਪਰਮਾਤਮਾ ਦੇ ਆਨੰਦ ਨੂੰ ਰਾਵੀ ਹੈ ਰਾਵਿਆ ਹੈ ਮਾਣਨਾ ਕੀਤਾ ਹੈ। ਅਵਗਣ ਮਾਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਧਾਤਾ। ਅਵਗਣਾਂ ਦੇ ਮਾਰਨੇ ਕਰਕੇ ਜੋ ਗੁਣੀ ਹੈ ਨਾ ਕੌਣ, ਪਰਮਾਤਮਾ। ਪਰਮਾਤਮਾ ਘਰ ਵਿੱਚ ਆ ਕੇ ਛਾਇਆ, ਇਸਤਤ ਹੋਇਆ, ਛਾ ਗਿਆ ਚਾਰੇ ਪਾਸੇ ਜਿਵੇਂ ਕਹਿੰਦੇ। ਸੋ ਜੋ ਪੂਰਨ ਪੁਰਖ ਪਰਮਾਤਮਾ ਵਿਧਾਤਾ ਹੈ, ਫਲ ਪ੍ਰਦਾਤਾ ਹੈ, ਉਹ ਮੇਰੇ ਹਿਰਦੇ ਦੇ ਵਿੱਚ ਆ ਕੇ ਗੁਣੀ ਪਰਮਾਤਮਾ ਛਾ ਗਿਆ, ਪ੍ਰਕਾਸ਼ਮਾਨ ਹੋ ਗਿਆ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ। ਪੰਚਾਇਣ ਜੋ ਪੰਚ ਆਇਣ, ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ, ਪੰਜ ਹੁੰਦਾ ਸ੍ਰੇਸ਼ਟਤਾਈ, ਜਾਂ ਪੰਜ ਪਰਮਾਤਮਾ ਦਾ ਆਇਣ ਘਰ ਜੋ ਸਤਸੰਗ ਹੈ, ਕਾਮ ਕ੍ਰੋਧ ਆਦਿਕ ਚੋਰਾਂ ਦੇ ਮਾਰਨ ਵਾਲਾ, ਅਤੇ ਵਿਚਾਰ ਪੂਰਵਕ ਅਦਲ ਕਰੇ। ਅਦਲ ਹੁੰਦਾ ਨਿਆਂ ਕਰਨਾ, ਨਿਆਂ ਦੇ ਕਰਨ ਵਾਲਾ, ਅਦਲੀ ਹੋਏ ਬੈਠਾ ਪ੍ਰਭ ਆਪੇ। ਸੋ ਇਸ ਸਤਸੰਗ ਵਿੱਚ ਜਦ ਵਸੀ ਜਾ ਕੇ ਤਾਂ ਵਿਚਾਰ ਪੂਰਵਕ ਮੇਰੇ ਜਿਹੜੇ ਕਾਮ ਕ੍ਰੋਧ ਆਦਿਕ ਸੀ ਨਾ ਚੋਰ, ਉਹ ਮਾਰ ਦਿੱਤੇ। ਤਾਂ ਫਿਰ ਪੰਚਾਇਣ ਵਸੀ, ਪੰਜ ਸੱਤ ਸੰਤੋਖ ਆਦਿਕ ਜਿਹੜੇ ਸੀ ਇਹਨਾਂ ਦੇ ਵਿੱਚ ਜਾ ਕੇ ਮੈਂ ਵਸ ਗਈ ਹਾਂ, ਇਹ ਮੇਰੇ ਹਿਰਦੇ 'ਚ ਵਸ ਗਏ ਨੇ। ਜਦੋਂ ਸੱਤ ਸੰਤੋਖ ਆਦਿਕਾਂ 'ਚ ਵਸੀ ਤਾਂ ਵਿਚਾਰ ਕੇ ਅਦਲ ਕਰੇ, ਭਾਵ ਨਿਆਂ ਦੇ ਕਰਨ ਵਾਲਾ ਜੋ ਪੰਚਾਇਣ ਮਹਾਂ ਪਰਮਾਤਮਾ ਹੈ ਉਸ ਵਿੱਚ ਵਸੀ, ਜਾਂ ਉਸ ਵਿੱਚ ਵਸੀ ਤਾਂ ਜਮਦੂਤਾਂ ਰੂਪੀ ਤਸਕਰ ਜਿਹੜੇ ਚੋਰਾਂ ਨੂੰ ਮਾਰ ਦਿੱਤਾ। ਫਿਰ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੈ ਪਿਆਰੇ। ਮਹਾਰਾਜ ਕਥਨ ਕਰਦੇ ਨੇ ਕਿ ਰਾਮ ਨਾਮ ਜਪਣ ਕਰਕੇ ਨਿਸਤਾਰਾ ਹੁੰਦਾ ਹੈ, ਇਸ ਲਈ ਇਹ ਪਿਆਰਿਆ ਤੂੰ ਗੁਰੂ ਦੀ ਸਿੱਖਿਆ ਵਿੱਚ ਮਿਲਣਾ ਕਰ, ਸਿੱਖਿਆ ਲੈ, ਸਿੱਖਿਆ ਗ੍ਰਹਿਣ ਕਰ। ਜਦ ਗੁਰੂ ਗ੍ਰੰਥ ਸਾਹਿਬ ਸਿੱਖਿਆ ਦਿੰਦੇ ਨੇ ਫਿਰ ਹੋਰ ਸਿੱਖਿਆ ਕਿੱਥੋਂ ਲੈਣੀ ਜਾ ਕੇ ਆਪਾਂ ਨੂੰ। ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ। ਜਦ ਉਸ ਬਾਲੜੀਏ ਭਾਵ ਕਹਿੰਦੇ ਉਸ ਕਿਹੜੀ ਬਾਲੜੀ ਕੌਣ ਹੈ, ਇਸਤਰੀ ਨੇ ਪਰਮੇਸ਼ਰ ਵਾਰ ਹੁੰਦਾ ਪਤੀ ਨੂੰ ਪਾਇਆ, ਤਾਂ ਰਾਮ ਨੇ ਕਹਿੰਦੇ ਪਰਮੇਸ਼ਰ ਨੇ ਇਸ ਲੋਕ ਦੀ ਆਸਾ ਅਤੇ ਪਰਲੋਕ ਦੀ ਮਨਸਾ ਪੂਰੀ ਕਰ ਦਿੱਤੀ। ਫਿਰ ਰਾਵਿਆੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ। ਜੋ ਗੁਰੂ ਉਪਦੇਸ਼ ਵਿੱਚ ਰਲੀ ਹੈ, ਭਾਵ ਉਹਦੇ ਨਾਲ ਹੋ ਕੇ ਚੱਲ ਪਈ ਹੈ, ਉਪਦੇਸ਼ ਨੂੰ ਸੁਣ ਕੇ ਨਾਲ ਹੀ ਚੱਲ ਪਈ, ਆਪਣੇ ਜੀਵਨ ਨੂੰ ਢਾਲ ਲਿਆ ਉੱਧਰ। ਸੋ ਉਹਨੇ ਪੀਰੀ ਪਰਮਾਤਮਾ ਨੂੰ ਰਾਵਿਆ ਅਤੇ ਐਸੇ ਕਹਿੰਦੇ ਇਉਂ ਨਿਸ਼ਚੈ ਕੀਤਾ ਕਿ ਉਹ ਪਰਮਾਤਮਾ ਸਾਰੇ ਕਿਤੇ ਪਰਿਪੂਰਨ ਹੋ ਰਿਹਾ, ਦੂਰ ਨਹੀਂ ਹੈ। ਪ੍ਰਭ ਦੂਰ ਨਾ ਹੋਈ ਘੱਟ ਘੱਟ ਸੋਈ, ਤਿਸਕੀ ਨਾਰ ਸਬਾਈ, ਆਪੇ ਰਸੀਆ ਆਪੇ ਰਾਵੇ ਜਿਉਂ ਤਿਸ ਦੀ ਵਡਿਆਈ। ਵਾਹਿਗੁਰੂ ਦੂਰ ਨਹੀਂ ਹੋ ਰਿਹਾ, ਘਟਾਂ ਘਟਾਂ ਵਿੱਚ ਹੈ, ਸੋਭ ਰਿਹਾ ਹੈ, ਫਰਕ ਪਾ ਕੇ ਤਰੀਕੇ ਨਾਲ ਸੋਭ ਰਿਹਾ। ਪਹਾੜ ਬਣ ਗਿਆ, ਉੱਤੇ ਘਾਹ ਬਣ ਗਿਆ, ਦਰਖਤ ਲੱਗ ਗਏ, ਉੱਤੇ ਫੁੱਲ ਫਲ ਲੱਗ ਗਏ, ਇਹੀ ਤਾਂ ਹੈ ਉਹ। ਉਹਨੇ ਰੂਪ ਵਟਾ ਲਿਆ ਆਪਣਾ, ਘਾਹ ਵਿੱਚ ਹਰਿਆਵਲ ਤਾਂ ਉਸੇ ਦੀ ਹੈ, ਆਕਾਸ਼ ਵਿੱਚ ਨੀਲਾ ਬਣ ਕਿੱਥੋਂ ਆ ਗਿਆ, ਇਹ ਉਹੀ ਤਾਂ ਹੈ। ਧਰਤੀ ਉਹੀ ਤਾਂ ਹੈ, ਪਾਣੀ ਵੀ ਉਹੀ ਹੈ, ਅਗਨੀ ਵੀ ਉਹੀ ਹੈ, ਸ੍ਰਿਸ਼ਟੀ ਵੀ ਆਪ ਹੀ ਹੈ। ਮਹਾਰਾਜ ਕਹਿੰਦੇ ਹੁਣ ਉਹ ਆਪ ਹੀ ਆਪ ਹੈ, ਆਪ ਹੀ ਆਪ ਹੈ, ਸਾਰੇ ਕਿਤੇ ਸਤਿਗੁਰੂ ਕਹਿੰਦੇ ਵਿਆਪਕ ਹੈ ਵਾਹਿਗੁਰੂ। ਇਸ ਕਰਕੇ
देखण दी लोड़ आपां नूं समझण दी लोड़ है कि है कित्थे उह ना किते जाना ना आना वो ते व्यापक प्रकाश है एक प्रकाश दी सत्ता करके ही घा हरा है घा तां हरा है पर देखो जानवरां नूं जिहड़े कूकर ने इन्हां ते एक्सपैरीमेंट कीता साइंस ने कुत्ते नूं कोई चीज़ रंगदार नहीं दिखदी कहने उन्हूं ब्लैक एंड वाइट दिखता है ये भी लीला ही है पर जिहड़ा हरा हरा घा ये बंदे नूं दिखदा देखो ये भी लीला ही है सो महाराज कहंदे ने इस करके वो वाहिगुरु तुसी जे देखण वाले बनो तुसी थोड़ा तो टाइम ही नहीं देखण दा तुसी तां होर ही कोई देखी जाने हो महाराज सच्चे पातशाह कहंदे जब उन्हूं आपां देखण वाले बणांगे ना भी उन्हूं देखना है फिर वह अकाल पुरख वाहिगुरू देखण लग जांदे ने तां महाराज सच्चे पातशाह इस करके फरमाउंदे हन कि तुसी देखण दा कदे जतन ही नहीं कीता वाहिगुरू नूं प्रभ दूर ना होई घट घट सोई तिसकी नार सभाई आपे रसिया आपे रावे ज्यों तिसदी वडियाई प्रभु दूर नहीं हो रहा घटा घटा में शोभ रहा सारियां उसे दियां नारियां ने आप ही रसा दे उत्पन्न करन वाला पैदा करन वाला आप ही रसा दे रावे भोगन वाला जिवें उहदी वडियाई है वडियाई का मतलब हुंदा जिवें इच्छा वह परमात्मा दी हुण इह बहुत डूंघा विचार गुरां ने आपां नूं दित्ता है कि तुसीं परमात्मा नूं देखण निकले हो आपां देखदे हां सामने बंदा हुंदा है स्त्री है बच्चा है वह पंछी है वह दरख्त है यही चीज़ मुका दो कहो ना यह बंदा ये वो खुद ही है ये दरख्त भी वह खुद आप ही है जदों आप निगाह करके तुर पाँगे फिर वह दुनिया च पहुँच जावांगे जदों आप वक्री वक्री निगाह रखांगे उदों आप दुनिया च नहीं पहुँच सकते महाराज कहंदे ने इस करके अकाल पुरख नूं देखण दा यतन नहीं कीता तुसीं कदे यतन करो जो सारिआं विच तां तूं ही बैठा मैं दूजा देखदा ही आपां खुद ही दूजा देखदे हां एक नहीं देखदे इह हुण बिरती बनाउणी पैंदी है अभ्यास इस गल दा करना है कि तूं ही है मिल गया इन्ने काम है बस मिल गया हो पर इहदे उत्ते मेहनत करनी पैणी आ वैसे इह गल दो मिनट लई मन च टिकूगी तां बड़ा आनंद आऊगा एक मिनट लई टिक जांदी कई वारी मैं दूजा देखदा ही नहीं कहिंदे फिर उही दिखण लग पिया जदों आपां उह निगाह ध्यान दिता कई बार आपां कई थावां तों लंघदे हुंदे आ गड्डी दे विच अपना ध्यान रोड ते ही हुंदा सिद्धा क्यों घर दी काली पई हुंदी उधरों कम दी काली हुंदी आ भज्जे गए भज्जे आए अज कितें छुट्टी दे दिन बाहर निकले ते खब्बा सज्जा अच्छा आ सड़क दे उत्ते इत्थे आ ये मैं कदे देखिया ही नहीं देखिया ये तो इत्थे ही सीगा तेरी निगाह ही नहीं गई उधर नूं क्यों तेरा ध्यान सी कम दे विच कम तों घर दे विच अज कितें निगाह जी खुली हुण देखण लग पिया महाराज कहंदे ने तू कदे मैनूं देखिया ही नहीं बंदे च दरख्त विच पशु च पंछी च हरियावलता विच आकाश दे नीलेपण च पाणी विच धरती ते अग विच किते तैनूं वेल मिले तां तू बैठ के देखे तेरा तां ध्यान माया च है खाण पीण च है कपड़िया च है बच्चिया च है स्त्री च है दोस्तां मित्रां च है कम्मां कारां च है कदे तैनूं वेल लग्या रब नूं मिलण दा उधरों इस करके सतगुरु कहंदे मैं तां किते वी नहीं जिहड़ी खाली थां पई है पलाड़ खाली है ये उही है कदे ये भी सोचिया कि खाली पलाड़ विच की है उसे दा ही प्रकाश है थां खाली नहीं है खाली देखण नूं लगदा है आपां नूं पर जिथे भी खाली भी है वह भी उत्थे आप ही है जिथे भरिया होया थां वह भी उत्थे आप ही है यही ब्रह्म ज्ञान हुंदा है ये ब्रह्म ज्ञान हुण आपां नूं दो तरह का ब्रह्म ज्ञान हुंदा अगे चल के एक जगह आवेगा ऐसा भी कि परोख ब्रह्म ज्ञान ते अपरोख ब्रह्म ज्ञान दो हुंदे ने एक हुंदा गुप्त ब्रह्म ज्ञान जिहड़ा हुण आपां करवाया एक हुंदा अपरोख ब्रह्म ज्ञान जिहड़ा मेहनत करके हुंदा यह गुप्त ब्रह्म ज्ञान जिहड़ा है यह करवा तां दित्ता है पर रहना नहीं इन्ना मन टिकिया होया भी सारे गोबिंद है सारे गोबिंद उधरों आवाज पै गई रोटी तैयार है खा लो बस वो ब्रह्म ज्ञान खत्म हो गया रोटी च ध्यान हो गया किसी ने बैल मारती किसी ने फोन करता ये चाह तैयार होगी पी लो चाह च ध्यान च लै गया सो साडा टिकाओ नहीं बनिया ब्रह्म ज्ञान का ज्ञान तो हो गया पर ब्रह्म ज्ञान नहीं होया दो गल्लां ने ब्रह्म ज्ञान का ज्ञान तो हो गया पर ब्रह्म ज्ञान नहीं होया ये हुण अपन ब्रह्म ज्ञान का ज्ञान गुरां ने दे दिता अमर अडोल अमोल अपारा गुर पूरा सच पाई है
नानक आपे जोग संजोगी नदर करे निवलाइए। जो सच्चा अमर मरण तो रहत है, अडोल हुंदा डोलन तो रहत है, अमोल अमोलक है अते अपारा बेअंत गुणा वाला है, वो पूरे गुणा द्वारे प्राप्त करीदा। वो एवं अपने आप नहीं मिलता, सतगुरु कृपा करके वो कनैक्शन देणगे। कनैक्शन किते भी कोई चीज लग जाती वह कनैक्शन देने वाले आते, फिर कहने हले टैलीफोन चलिया नहीं, कनैक्शन नहीं दिता, बाहरों पानी हले चलिया नहीं क्योंकि पाइपां तां घरे पा लिया सारिया पर कनैक्शन नहीं दे के गए, हले चलिया नहीं। दुनिया विच कोई चीज है मोबाइल फोन है नहीं चलता, कनैक्शन नहीं हले उत्थों कीता। महाराज कहने तेरे अंदर तैयारी तू कर, तैयारी कर, जदों देखांगे कनैक्शन की लोड़ा दे देंगे नाल ही प्रकाश हो जाएगा। उन्हों देर नहीं लगती मकान बनाने, बिजली दारा फिट कर, थां थां ट्यूबा बल्ब लाने, पखे लाने लग जाते 6 महीने। वो बिजली आए आदों उन्होंने आके तारा सिर्फ 2 जोड़नियाँ बस, ओके हो गया जी, चलो दबो सुचा हो गया प्रकाश। यह बना बनाद आपू लंघ जाते 6 महीने 6 साल 60 साल, ये तो उन्होंने पता। हूँ जे आप बिजली आया कभी कनैक्शन दे दौ कि फलाने थान, कहते उ घर बन गया, कहने नहीं घर तो नहीं बनया, थान जी लिया हो, इनू कनैक्शन देना। उ अमृत नहीं छकिया, बाणी नहीं पढ़ी, कोई ग्रहत तो नहीं बचिया, कोई रहत बहत नहीं है, कोई हिरदे की शुद्धि नहीं की है, बह के अभ्यास नहीं किया, कोई सेवा नहीं की, उई कनैक्शन दे दो तेन। महाराज कहने तेनू कनैक्शन कादा देिए। इस करके महाराज फरमाते ने कि वह परमेश्वर आप ही योगी महात्मा का संजोगी है, जिस उत्ते कृपा दृष्टि करता है वह उस विच लिव नू लाउंदा है, जिदे ते कृपा हुई। नानक आपे योग संजोगी नदर करे लिव लाइया। ये बाणी हौली पढ़ो तो पता लगे, तेज तेज पढ़ांगे फिर अर्थ नहीं होंदे।